ਪ੍ਰਭੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੱਲੇ ਬੱਲੇ ਆ ਆਪਣੇ ਡੀ ਇਨਫਰਟੇਨਮੈਂਟ ਲਾਈਵ ਦੇ ਚਾਰੇ ਪਲੇਟਫਾਰਮ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਅਤੇ ਹੁਣ ਜਿਹੜੀ ਨਵੀਂ ਚੱਲੀ ਆ ਸਨੈਪਚੈਟ ਉਹਦੀ ਪਬਲਿਕ ਪ੍ਰੋਫਾਈਲ ਵੀ ਬਣਾ ਲਈ ਆ ਅਤੇ 7658 6062 ਨੰਬਰ ਹੈ 7658 6062 ਉਹਦੇ 'ਤੇ ਉਹ ਚੱਲਦੀ ਹੈ ਸਾਰੇ ਸੱਜਣਾਂ ਨੂੰ ਬੇਨਤੀ ਹੈ ਵੀ ਉਹਦੇ 'ਤੇ ਐਡ ਹੋਣ ਕਿਸੇ ਮੈਨੂੰ ਮਿੱਤਰ ਪਿਆਰੇ ਨੇ ਕਿਹਾ ਸੀ ਕਹਿੰਦੀ ਵੀ ਇਹ ਕਹਿੰਦੇ ਵੀ ਇਹਦੀ ਚੜ੍ਹਾਈ ਬਹੁਤ ਹੈ ਮੈਂ ਵੀ ਇਹਦਾ ਜਗਾੜ ਲਾ ਕੇ ਦੇਖ ਲੈਂਦੀ ਠੀਕ ਹੈ ਤੋ ਵੀਡੀਓਜ਼ ਹੁਣ ਆਪਾਂ ਕਰਤੀਆਂ ਸ਼ੁਰੂ ਅੱਜ ਵਾਲੀ ਜਿਹੜੀ ਵੀਡੀਓ ਆ ਖਾਸੇ ਟੈਲੀਫੋਨ ਆਉਂਦੇ ਹੁੰਦੇ ਸੀ ਮੈਂ ਤਾਂ ਮਾੜਾ ਜਿਹਾ ਚੱਲਿਆ ਸੀ ਕੰਮ ਅਤੇ ਮੈਂ ਚੱਲ ਪਹਿਲਾਂ ਬਣਾ ਲਈਏ ਖਾਸੇ ਟੈਲੀਫੋਨ ਆਉਂਦੇ ਸੀ ਕਿ ਯਾਰ ਬਾਈ ਮੋਡੀਫਿਕੇਸ਼ਨ ਬਾਰੇ ਦੱਸੋ ਜਿਹੜੀ ਟਰੈਕਟਰਾਂ ਦੀ ਹਾਰ ਸ਼ਿੰਗਾਰ ਕਰਦੇ ਨੇ ਇਹਦੇ 'ਤੇ ਇੱਕ ਆਪਾਂ ਹੋਰ ਵੀਡੀਓ ਵੀ ਪਾਵਾਂਗੇ ਉੱਲੂ ਮਾਰਕੀਟ ਵਾਲੀ ਪਰ ਅੱਜ ਵਾਲੀ ਵੀਡੀਓ ਆ ਜਿਹੜੀ ਉਹ ਕਿਸੇ ਹੋਰ ਮੁੱਦੇ 'ਤੇ ਆਧਾਰਿਤ ਹੈ ਮੁੰਡੇ ਕਹਿੰਦੇ ਸੀ ਵੀ ਟਰੈਕਟਰ ਨੂੰ ਸ਼ਿੰਗਾਰੀਏ ਕਿਵੇਂ ਜਾਂ ਹੋਰ ਚੀਜ਼ਾਂ ਦੇਖੋ ਉਹਦੇ ਬਾਰੇ ਮੈਨੂੰ ਐਵੇਂ ਬਾਈ ਜੀ ਕਹਾਂ ਬਹੁਤਾ ਗਿਆਨ ਨਹੀਂ ਪਰ ਇੱਕ ਖਾਸ ਹੋਰ ਮੁੱਦਾ ਸੀ ਉਹਦੇ ਬਾਰੇ 'ਚ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਟਰੈਕਟਰ 'ਤੇ ਆਪਾਂ ਲੈਮੀਨੇਸ਼ਨ ਕਰਾ ਦਿੰਦੇ ਹਾਂ ਜਾਂ ਜਿਹੜਾ ਇੱਕ ਨਵਾਂ ਜਿਹਾ ਰਿਵਾਜ਼ ਚੱਲਿਆ ਨਿਊ ਹੋਲੈਂਡ ਸਾਲਾ ਇੱਕ ਤਾਂ ਊਂ ਸੁਨੱਖਿਆ ਟਰੈਕਟਰ ਉਹਦੇ 'ਤੇ ਬਾਹਲਾ ਸੋਹਣਾ ਲੱਗਦਾ ਸਮੋਕ ਲੈਮੀਨੇਸ਼ਨ ਕਰਾਉਂਦੇ ਨੇ ਨਵੇਂ ਵਜੋਂ ਉਹਦੇ ਨਾਲ ਟਰੈਕਟਰ ਨੋ ਡਾਊਟ ਜ਼ਰੂਰ ਜੱਜ ਜਾਂਦਾ ਲੈਮੀਨੇਸ਼ਨ ਤਾਂ ਮੁੰਡੇ ਨਵੇਂ ਰੰਗ ਨੂੰ ਬਚਾਉਣ ਵਾਸਤੇ ਹੀ ਕਰਦੇ ਨੇ ਉਹਦੇ ਕਿਸੇ ਹੱਦ ਤੱਕ ਕੋਈ ਫਾਇਦਾ ਤਾਂ ਮੇਰਾ ਖਿਆਲ ਹੈ ਕੋਈ 100 ਚੋਂ 5 ਪੈਸੇ ਹੀ ਹੋਊਗਾ ਨੁਕਸਾਨ ਉਹਦਾ 100 ਚੋਂ 95 ਪੈਸੇ ਆ ਉਹਨਾਂ ਨੁਕਸਾਨਾਂ ਬਾਰੇ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਟਰੈਕਟਰ ਦੇ ਕੋਲ ਲਿਜਾ ਕੇ ਕਰ ਲੈਂਦੇ ਠੀਕ ਹੈ ਲੈ ਫਿਰ ਆ ਜਾਓ ਕਿਰਾ ਆਪਾਂ ਕਿਹੜਾ ਕਿਤੇ ਜਾਣਾ ਹੁੰਦਾ ਇੱਥੇ ਚੱਕ ਦੇਣੀ ਹੁੰਦੀ ਆ ਰੇਸ ਉਹ ਮੁੰਡੇ ਇਹਦੇ 'ਤੇ ਕਰਾਉਂਦੇ ਨੇ ਇੱਥੋਂ ਨਾ ਜਿਹੜਾ ਹੋਲੈਂਡ ਦਾ ਨੰਬਰ ਲਿਖਿਆ ਹੁੰਦਾ ਨਿਊ ਹੋਲੈਂਡ 3630 TX ਉਹ ਇੱਥੋਂ ਬੜਾ ਸੋਹਣਾ ਲੱਗਦਾ ਇਹਨਾਂ ਸਵਰਾਜਾਂ 'ਤੇ ਆਵੇਂ ਕੰਮ ਵਾਲਿਆਂ ਦੇ ਟਰੈਕਟਰ ਨੇ ਇਹਨਾਂ 'ਤੇ ਉਹਨਾਂ ਨਹੀਂ ਕੋਈ ਕਰਾਉਂਦਾ ਤੋ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਲੈਮੀਨੇਸ਼ਨ ਦੀ ਜਿਹੜੀ ਮੁੰਡੇ ਜਿਹੜੇ ਮੁੰਡੇ ਲੈਮੀਨੇਸ਼ਨ ਕਰਾਉਂਦੇ ਲੈਮੀਨੇਸ਼ਨ ਕੀ ਹੁੰਦਾ ਟਰੈਕਟਰ 'ਤੇ ਉਹ ਫੋਮ ਲਾ ਕੇ ਜਾਂ ਕਾਰਾਂ 'ਤੇ ਉਹ ਝੁਰਲੂ ਜਿਹਾ ਫੇਰ ਕੇ ਇੱਕ ਪਰਤ ਚਾੜੀ ਜਾਂਦੀ ਆ ਇੱਕ ਤਰ੍ਹਾਂ ਦਾ ਪਲਾਸਟਿਕ ਦੀ ਪਰਤ ਰੰਗ 'ਤੇ ਆ ਜਿਹੜੀ ਉਹ ਚੜ੍ਹ ਜਾਂਦੀ ਹੈ ਨਵਾਂ ਨਵਾਂ ਜਿਹਾ ਲੈਮੀਨੇਸ਼ਨ ਹੁੰਦਾ ਬੰਦੇ ਨੂੰ ਬੜਾ ਚਾਅ ਹੁੰਦਾ ਲੈ ਬਾਈ ਲੈਮੀਨੇਸ਼ਨ ਕਰਾਤਾ ਹੁਣ ਨਹੀਂ ਉਹਦਾ ਕਦੇ ਰੰਗ ਖਰਾਬ ਹੁੰਦਾ ਪਰ ਇੱਕ ਗੱਲ ਆਪਾਂ ਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਜੇ ਲੈਮੀਨੇਸ਼ਨ ਵਾਲਾ ਕੋਈ ਜਗਾੜ ਹੋਵੇ ਕੰਪਨੀਆਂ ਆਪੇ ਕਰਕੇ ਭੇਜ ਦੇਣ ਹੈ ਲੈਮੀਨੇਸ਼ਨ ਦਾ ਕੁੱਲ ਮਿਲਾ ਕੇ ਰੰਗ ਨੂੰ ਨੁਕਸਾਨ ਆ ਨੁਕਸਾਨ ਕਿਵੇਂ ਹੁੰਦਾ ਮੈਂ ਤੁਹਾਨੂੰ ਦੱਸਦਾ ਉਦਾਹਰਨ ਦੇ ਤੌਰ 'ਤੇ ਆਹ ਜਗ੍ਹਾ 'ਤੇ ਲੈਮੀਨੇਸ਼ਨ ਹੋ ਗਿਆ ਇੱਥੇ ਆਪਾਂ ਤੇਲ ਪਾਉਂਦੇ ਹਾਂ ਜਾਂ ਉਹ ਪੰਪ ਵਾਲਾ ਫੁੱਲਰੂ ਜਿਹਾ ਲੱਗਦਾ ਆਹ ਦੇਖ ਇੱਥੇ ਇਹਦੇ ਵੀ ਰਿਐਚਰੀਟ ਹੈ ਇੱਕ ਜਾਂ ਕੋਈ ਕੇਨ ਲੱਗਦੀ ਆ ਜਾਂ ਕੋਈ ਵੀ ਚੀਜ਼ ਹੋਰ ਲੱਗਦੀ ਆ ਲੈਮੀਨੇਸ਼ਨ ਉੱਥੋਂ ਕਰੈਕ ਹੋ ਜਾਂਦਾ ਨਵਾਂ ਨਵਾਂ ਲੈਮੀਨੇਸ਼ਨ ਸਾਲ 2 ਸਾਲ ਤੁਹਾਨੂੰ ਕੋਈ ਪਤਾ ਨਹੀਂ ਲੱਗਣਾ ਲੈਮੀਨੇਸ਼ਨ 'ਚ ਜਾਨ ਹੁੰਦੀ ਹੈ ਬਹੁਤ ਉਦੋਂ ਉਹ ਇੱਥੋਂ ਕਰੈਕ ਹੋਇਆ ਬਸ ਉਨੀ ਕੁ ਗਲੀ ਹੁੰਦੀ ਆ ਉਹ ਕਿਤੇ ਪਾਣੀ ਨਹੀਂ ਪੈਂਦਾ ਹੌਲੀ 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 ਟਾਈਮ ਪਾ ਕੇ ਸਾਰੇ ਟਰੈਕਟਰ 'ਤੇ ਹੌਲੀ 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 ਕਿਤੇ ਕਿਤੇ ਕਰੈਕ ਹੈ ਉਹ ਲੈਮੀਨੇਸ਼ਨ ਉੱਤਰ ਜਾਂਦਾ ਉੱਥੇ ਇੱਕ ਸੁਰਾਖ ਹੋ ਜਾਂਦਾ ਸੁਰਾਖ ਹੋਈ ਜਾਂਦਾ ਹੌਲੀ ਹੌਲੀ ਸੁਰਾਖ 'ਚ ਪਾਣੀ ਵੜਨ ਲੱਗ ਜਾਂਦਾ ਪਾਣੀ ਵੜਨ ਨਾਲ ਲੈਮੀਨੇਸ਼ਨ ਹੌਲੀ ਹੌਲੀ ਵੈਸੇ ਵੀ ਕਮਜ਼ੋਰ ਹੋਣਾ ਹੀ ਹੁੰਦਾ ਹਰੇਕ ਚੀਜ਼ ਦੀ ਇੱਕ ਮਿਆਦ ਆ ਲੈਮੀਨੇਸ਼ਨ ਕਮਜ਼ੋਰ ਹੋਈ ਜਾਂਦਾ ਕਮਜ਼ੋਰ ਹੋ ਕੇ ਪਾਣੀ ਵਿੱਚ ਵੜਨਾ ਸ਼ੁਰੂ ਹੋ ਜਾਂਦਾ ਵਿੱਚ ਵੜਨ ਨਾਲ ਐਸੀ ਰੰਗ ਦੀ ਐਸੀ ਕਿ ਤੈਸੀ ਵੱਜਦੀ ਆ ਰੰਗ ਉੱਤਰਨ ਲੱਗ ਜਾਂਦਾ ਉਹਦੇ ਵਿੱਚ ਰਸਟ ਆਉਣੀ ਸ਼ੁਰੂ ਹੋ ਜਾਂਦੀ ਆ ਰੰਗ 'ਚ ਜਾਨ ਨਹੀਂ ਰਹਿੰਦੀ ਅਤੇ ਹੌਲੀ 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 ਜਿਹੜਾ ਟਰੈਕਟਰ ਦਾ ਰੰਗ ਉਹ ਜਮਾਂ ਹੀ ਬੇੜਾ ਗਰਕ ਹੋ ਜਾਂਦਾ ਇਹ ਮੈਂ ਤੁਹਾਨੂੰ ਕੋਈ ਲਾ ਕੇ ਨਹੀਂ ਗੱਲ ਕਹਿ ਰਿਹਾ ਇਹ ਮੈਂ ਇੰਨੇ ਕੁ ਐਕਸਪੀਰੀਅੰਸ ਅਸੀਂ ਪੁਰਾਣੇ ਟਰੈਕਟਰ ਲੈਂਦੇ ਹਾਂ ਉਹਨਾਂ ਦੇ ਦੇਖੇ ਹੋਏ ਨੇ ਪੁਰਾਣੇ ਟਰੈਕਟਰਾਂ ਦੇ ਵਿੱਚ ਜਿਨ੍ਹਾਂ 'ਚ ਲੈਮੀਨੇਸ਼ਨ ਹੁੰਦਾ ਕੋਈ ਮਜਾਲਾ ਕੋਈ ਟਰੈਕਟਰ ਦੇ ਸਹੀ ਰੰਗ ਉੱਤਰ ਆਊਗਾ ਹਰੇਕ ਟਰੈਕਟਰ ਦਾ ਅੱਜ ਤੱਕ ਜਲੂਸ ਨਿਕਲਿਆ ਉਹਦਾ ਹੁੰਦਾ ਕੀ ਆ ਲੈਮੀਨੇਸ਼ਨ ਧੁੱਪ ਨਾਲ ਵੈਸੇ ਵੀ ਕਮਜ਼ੋਰ ਹੋ ਜਾਂਦਾ ਲੈ ਉਹ ਇਹੋ ਜਿਹੀ ਚੀਜ਼ ਆ ਲੈਮੀਨੇਸ਼ਨ ਉਹ ਰੰਗ ਦੇ ਸਾਲਾ ਵਿੱਚੇ ਮਿਕਸ ਹੋ ਜਾਂਦਾ ਜਿਵੇਂ ਆਹ ਲੈਮੀਨੇਸ਼ਨ ਰੰਗ ਦੇ ਨਾਲ ਹੀ ਜੁੜ ਜਾਂਦਾ ਇੱਕ ਤਾਂ ਇਹ ਗੱਲ ਹੋ ਗਈ ਵੀ ਉਹ 'ਚ ਪਾਣੀ ਪੈ ਕੇ ਉਹ ਖਰਾਬ ਹੋ ਜਾਂਦਾ ਇੱਕ ਜਦੋਂ ਮੰਨ ਕੇ ਚਲੋ ਲੈਮੀਨੇਸ਼ਨ ਨੂੰ ਬਹੁਤ ਟਾਈਮ ਹੋ ਜਾਂਦਾ ਉਹ ਆਪਾਂ ਬੇੜਾ ਗਰਕ ਹੋ ਜਾਂਦਾ ਕਿਤੋਂ ਟੁੱਟ ਗਿਆ ਕਿਤੋਂ ਕੁਛ ਜਦੋਂ ਉਹਨੂੰ ਆਪਾਂ ਲਾਉਣ ਲੱਗਦੇ ਹਾਂ ਨਾਲ ਰੰਗ ਜੁੜ ਜਾਂਦਾ ਉਹਦੇ ਨਾਲ ਰੰਗ ਜੁੜਿਆ ਹੋਇਆ ਸਾਰਾ ਰੰਗ ਹੀ ਪੱਟ ਲਿਆਉਂਦਾ ਉਹ ਤੋ ਲੈਮੀਨੇਸ਼ਨ ਦੇ ਜਿਹੜੇ ਕੁੱਲ ਮਿਲਾ ਕੇ ਨਤੀਜੇ ਨੇ ਉਹ ਕੋਈ ਬਹੁਤੇ ਚੰਗੇ ਨਹੀਂ ਹੈਗੇ ਹਾਂ ਨੋ ਡਾਊਟ ਹਰੇਕ ਨੂੰ ਸ਼ੌਕ ਆ ਸੋਹਣਾ ਤਾਂ ਟਰੈਕਟਰ ਉਹ ਜਿਹੜੀ ਸਮੋਕ ਵਾਲੀ ਕਰਾਉਂਦੇ ਉਹ ਜੱਚਦਾ ਤਾਂ ਉਹਦੇ ਨਾਲ ਬਹੁਤ ਹੈ ਪਰ ਉਹਦੇ ਜੇ ਆਪਾਂ ਲੌਂਗ ਟਾਈਮ ਦੇਖੀਏ ਨਤੀਜੇ ਲੈਮੀਨੇਸ਼ਨ ਦੇ ਬਹੁਤ ਮਾੜੇ ਨਿਕਲਦੇ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਸ਼ੀਨਰੀ ਦਾ ਰੰਗ ਬਚਿਆ ਰਹੇ ਤਾਂ ਲੈਮੀਨੇਸ਼ਨ ਮੇਰਾ ਵੀਰ ਨਾ ਕਰਾਓ ਟਰੈਕਟਰ ਦੀ ਵੈਸੇ ਹੀ ਸੰਭਾਲ ਰੱਖੋ ਉਹਨੂੰ ਪਾਣੀ ਨਾ ਲੱਗਣ ਦਿਓ ਟਰੈਕਟਰ ਨੂੰ ਚੰਗੀ ਲੀਰ ਲੂਰ ਮਾਰ ਕੇ ਰੱਖੋ ਪੋਲਿਸ਼ ਕਰਕੇ ਰੱਖੋ
ਬੜੀਆਂ ਚੀਜ਼ਾਂ ਆਉਂਦੀਆਂ ਨੇ ਰੰਗ ਵਾਸਤੇ, ਇਹੋ ਜਿਹੀਆਂ ਪੋਲਿਸ਼ ਆਉਂਦੀਆਂ ਨੇ, ਇਹੋ ਜਿਹੀਆਂ ਸਪਰੇਆਂ ਆਉਂਦੀਆਂ ਨੇ ਜਿਹੜੀਆਂ ਰੰਗ ਨੂੰ ਤੁਹਾਡੇ ਨੂੰ ਪ੍ਰੋਟੈਕਟ ਕਰਦੀਆਂ ਨੇ, ਠੀਕ ਆ। ਅਤੇ ਜਿਹੜਾ ਰਹੀ ਗੱਲ ਲੈਮੀਨੇਸ਼ਨ ਦੀ, ਲੈਮੀਨੇਸ਼ਨ ਦਾ ਜਿਹੜਾ ਨਤੀਜਾ ਬਈ ਜੀ ਉਹ ਮਾੜਾ, ਜਦੋਂ ਟਾਈਮ ਪੈ ਕੇ ਉਹ ਆਉਂਦਾ, ਇੱਕ ਤਾਂ ਫਿਰ ਜਦੋਂ ਉੱਤਰਦਾ ਫਿਰ ਨਾ ਰੰਗ ਉੱਤਰਦਾ, ਇੱਕ ਉਹਦੇ 'ਚ ਟੱਕ ਪੈ ਪੈ ਕੇ ਸਾਰੇ ਰੰਗ ਦੇ ਵਿੱਚ ਪਾਣੀ ਵੜੀ ਜਾਂਦਾ, ਕਿਉਂਕਿ ਉਹਦੇ ਵਿੱਚ ਪਾਣੀ ਅੰਦਰ ਚਲਿਆ ਜਾਂਦਾ, ਪਾਣੀ ਮੁੜਦਾ ਨਹੀਂ। ਉਹ ਲੈਮੀਨੇਸ਼ਨ ਬੜੀ ਹੋਰ ਤਰ੍ਹਾਂ ਦੀ ਹੁੰਦੀ ਆ। ਅਗਲੀ ਗੱਲ, ਜੇ ਤੁਸੀਂ ਲੈਮੀਨੇਸ਼ਨ ਨੂੰ ਕਰਾਉਣਾ ਹੀ ਚਾਹੁੰਦੇ ਹੋ ਵੀ ਭਾਈ ਹੀਲਾ ਨਹੀਂ, ਲੈਮੀਨੇਸ਼ਨ ਕਰਾ ਕੇ ਸਾਹ ਲੈਣਾ, ਕਰਾ ਲਓ, ਕੋਈ ਦਿੱਕਤ ਨਹੀਂ। ਪਰ ਲੈਮੀਨੇਸ਼ਨ ਦਾ ਇੱਕ ਉਮਰ ਹੁੰਦੀ ਆ। ਆਪਾਂ ਕੀ ਕਰਦੇ ਹਾਂ, ਅਗਲਾ ਕੁਛ ਦੁਕਾਨਾਂ ਵਾਲੇ ਝੂਠ ਬੋਲ ਦਿੰਦੇ, ਇਹਦਾ ਲਾਈਫ ਟਾਈਮ ਹੈ, ਤਾਂ ਕਦੇ ਉੱਤਰਨਾ ਹੀ ਨਹੀਂ, ਲਾ ਲਾਇਓ। ਜੇ ਲੈਮੀਨੇਸ਼ਨ ਤੁਸੀਂ ਕਰਾਉਣਾ, ਲੈਮੀਨੇਸ਼ਨ ਦੀ ਇੱਕ ਉਮਰ ਹੈ, ਲੈਮੀਨੇਸ਼ਨ ਕਰਾ ਕੇ 2 ਸਾਲ, ਸਾਲ ਜਿੰਨੀ ਉਹਦੀ ਏਜ ਆ, ਜਿੰਨਾ ਚਿਰ ਉਹ ਖਰਾਬ ਨਹੀਂ ਹੁੰਦਾ, ਲਹਾ ਕੇ ਉਹਨੂੰ ਫਿਰ ਦੁਬਾਰੇ ਕਰਾ ਲਓ। ਵੈਸੇ ਤਾਂ ਮੈਂ ਤਾਂ ਉਹ ਵੀ ਸਲਾਹ ਨਹੀਂ ਦਿੰਦਾ, ਪਰ ਜੇ ਤੁਹਾਡਾ ਨਹੀਂ ਸਰਦਾ ਤਾਂ ਉਹ ਹੱਲ ਹੈ। ਅਦਰਵਾਈਜ਼ ਉਹ ਤਾਂ ਸਟਿੱਕਰਾਂ ਨੂੰ ਨਹੀਂ ਛੱਡਦਾ, ਜਿੱਥੇ ਪਲਾਸਟਿਕ ਦੇ ਸਟਿੱਕਰ ਨੇ, ਜਿੱਥੇ ਉਹ ਸਮੋਗਰੇ ਤੁਸੀਂ ਕਰਾਉਂਦੇ ਹੋ, ਉਹ ਸਟਿੱਕਰ ਨਾਲ ਹੀ ਆਉਣੇ ਨੇ, ਫਿਰ ਛੱਡਦਾ ਨਹੀਂ, ਮਿਕਸ ਹੋ ਜਾਂਦਾ, ਉਹ ਬੜੀ ਖਤਰਨਾਕ ਚੀਜ਼ ਆ। ਅਗਲੀ ਗੱਲ, ਜਿੱਦਾਂ ਹੁਣ ਮਿੱਲਾਂ 'ਚ ਟਰੈਕਟਰ ਚੱਲੇ ਨੇ, ਇਹ ਵੀ ਗੱਲ ਇਹ 'ਚ ਮੈਂ ਐਡ ਆਨ ਜ਼ਰੂਰ ਕਰੂੰਗਾ, ਮਿੱਲਾਂ 'ਚ ਜਿਹੜੇ ਟਰੈਕਟਰ ਜਾਂਦੇ ਨੇ, ਮਿੱਲ ਦੀ ਜਿਹੜੀ ਰਾਖ ਹੁੰਦੀ ਆ, ਸਭ ਤੋਂ ਵੱਧ ਰੰਗ ਖਰਾਬ ਉਹ ਰਾਖ ਕਰਦੀ ਆ, ਜਿਹੜੀ ਚਿਮਨੀ 'ਚੋਂ ਰਾਖ ਉੱਤਰਦੀ, ਉਹ ਰਾਖ ਰੰਗ ਦੀ ਇੰਨੀ ਐਸੀ ਕਿ ਤੈਸੀ ਦਿੰਦੀ ਹੈ। ਮਿੱਲਾਂ 'ਚ ਜਿੰਨੇ ਸੱਜਣ ਮਿੱਤਰ ਗੰਨਾ ਲੈ ਕੇ ਜਾ ਰਹੇ ਨੇ, ਗੰਨੇ ਦੀਆਂ ਟਰਾਲੀਆਂ ਲੈ ਕੇ ਜਾ ਰਹੇ ਨੇ, ਵੀਰ ਬਣ ਕੇ ਆਪਣੇ ਟਰੈਕਟਰਾਂ ਨੂੰ ਕਵਰ ਕਰਕੇ ਲੈ ਕੇ ਜਾਓ। ਕੋਈ ਜਿੱਦਾਂ ਪਹਿਲਾਂ ਉਹਨਾਂ 'ਤੇ ਆਪਾਂ ਭੂਰੇ ਜਾਂ ਝੁੱਲ ਬਣਾ ਲੈਂਦੇ ਹੁੰਦੇ ਸੀ, ਹੁਣ ਉੱਦਾਂ ਦੇ ਕੱਪੜੇ 'ਤੇ ਤੁਸੀਂ ਕਵਰ ਕਰਾ ਸਕਦੇ ਹੋ, ਜਾਂ ਜਿੱਦਾਂ ਵੀ ਤੁਹਾਨੂੰ ਸੂਟ ਕਰੇ, ਅੰਦਰੋਂ ਸੌਫਟ ਕਵਰ, ਉੱਤੋਂ ਉਹ ਕੋਟਡ ਹੋਵੇ, ਪਲਾਸਟਿਕ ਕੋਟਡ ਜਾਂ ਉੱਦਾਂ ਦਾ ਕਵਰ ਜਿਹੜਾ ਤੁਹਾਡੇ ਰੰਗ ਨੂੰ ਖਹਿ ਖਹਿ ਕੇ ਖਰਾਬ ਨਾ ਕਰੇ। ਕਿਸੇ ਵੀ ਕਿਸਮ ਦਾ ਤੁਸੀਂ ਕੱਪੜਾ ਕਵਰ ਝੁੱਲ ਟਰੈਕਟਰ 'ਤੇ ਪਾ ਕੇ ਖੜਾਓ, ਜਿਹੜੀ ਉਹ ਰਾਖ ਆ ਉਹ ਰੰਗ ਦੀ ਵੀਰੇ ਬਹੁਤ ਐਸੀ ਗੀਤ ਐਸੀ ਦਿੰਦੀ ਹੈ। ਸਾਡਾ ਭਾਈ ਫਾਰਮ ਟਰੈਕ 45 ਨੂੰ ਝੁੱਲ ਬੰਨ ਕੇ ਖੜਾਉਂਦਾ ਹੁੰਦਾ ਸੀ, ਜਮਾਂ ਹੀ ਨੰਗਾ ਨਹੀਂ ਸੀ ਰਹਿਣ ਦਿੰਦਾ, ਉਹਦਾ ਜਮਾਂ ਰੰਗ ਨਹੀਂ ਸੀ ਖਰਾਬ ਹੋਇਆ। ਅਦਰਵਾਈਜ਼ ਉੱਧਰੋਂ ਤਾਂ ਉਹ ਰਾਖ ਗਿਰਦੀ ਆ, ਉੱਪਰੋਂ ਤੁਹਾਡੀ ਸਿੱਲ ਹੁੰਦੀ ਆ, ਤੇਲ ਪੈ ਜਾਂਦੀ ਆ, ਫਿਰ ਉੱਪਰ ਦੀ ਧੁੱਪ ਜਾਂ ਚੜ੍ਹਦੀ ਆ, ਰੰਗ ਦੀ ਬਹੁਤ ਐਸੀ ਦੀ ਤੈਸੀ ਦਿੰਦੀ ਆ। ਮਿੱਲਾਂ 'ਚ ਜਿਹੜੀ ਉੱਪਰੋਂ ਰਾਖ ਗਿਰਦੀ ਆ, ਕਿਉਂਕਿ ਚਿਮਨੀ 'ਚੋਂ ਰਾਖ ਗਿਰੀ ਹੋ ਜਾਣੀ ਹੁੰਦੀ ਆ, ਉੱਥੇ ਟਰੈਕਟਰ ਆਲੇ ਦੁਆਲੇ 2 ਕਿਲੋਮੀਟਰ ਗਿਰਦੀ ਆ, ਉਹ ਤੋਂ ਜ਼ਰੂਰ ਟਰੈਕਟਰਾਂ ਨੂੰ ਕਵਰ ਕਰਕੇ ਰੱਖੋ, ਬਚਾ ਕੇ ਰੱਖੋ, ਸੰਭਾਲ ਕੇ ਰੱਖੋ ਟਰੈਕਟਰਾਂ ਨੂੰ, ਠੀਕ ਹੈ। ਅਤੇ ਜਿਹੜੇ ਰਹੀ ਗੱਲ ਆ ਤੁਹਾਡੀ ਲੈਮੀਨੇਸ਼ਨ ਵਾਲੀ ਦੀ, ਇਹਦੇ ਵੀ ਬਹੁਤ ਨੁਕਸਾਨ ਨੇ, ਰੰਗ ਨਹੀਂ ਛੱਡਦੀ, ਇਹਨੂੰ ਨਾ ਹੀ ਕਰਾਓ ਤਾਂ ਚੰਗਾ। ਇਹ ਸੀ ਅੱਜ ਦੀ ਵੀਡੀਓ, ਜੇ ਚੰਗੀ ਲੱਗੇ ਇਹਨੂੰ ਜ਼ਰੂਰ ਸ਼ੇਅਰ ਕਰਿਓ, ਸਾਰੇ ਲੋਕਾਂ ਤੱਕ ਪਹੁੰਚਾਇਓ। ਜੇ ਚੰਗੀ ਨਾ ਲੱਗੀ ਬਿਲਕੁਲ ਸ਼ੇਅਰ ਨਾ ਕਰਿਓ, ਅਤੇ ਚੈਨਲ ਸਬਸਕ੍ਰਾਈਬ ਤਾਂ ਕਰਨਾ ਜੇ ਮੈਂ ਚੰਗਾ ਲੱਗਦਾ, ਮੇਰੀਆਂ ਗੱਲਾਂ ਜੇ ਤੁਹਾਨੂੰ ਵਾਜਬ ਲੱਗਦੀਆਂ ਨੇ, ਨਹੀਂ ਕਿੰਤੂ ਪਰੰਤੂ ਕਹਿਣ ਨੂੰ ਬਹੁਤ ਚੰਗੇ ਮੁੰਡਿਆਂ ਦੇ ਚੈਨਲ ਨੇ, ਮੈਂ 1-2 ਦੇਖਦਾ ਹੁੰਦਾ, ਬਹੁਤ ਅਕਲ ਵਾਲੀਆਂ ਗੱਲਾਂ ਕਰਦੇ ਨੇ, ਮੈਂ ਸਾਰਿਆਂ ਤੋਂ ਨਿਮਾਣਾ, ਸਾਰਿਆਂ ਤੋਂ ਕੰਮ ਇਕੱਲਾ, ਸਭ ਤੋਂ ਊਣਾ ਮੈਂ, ਮੇਰੇ ਨਾਲੋਂ ਸਾਰੇ ਚੰਗੇ ਨੇ, ਮੇਰਾ ਚੈਨਲ ਉਹੀ ਦੇਖਣ ਜਿਨ੍ਹਾਂ ਨੂੰ ਮੇਰੀ ਗੱਲ ਪੱਲੇ ਪੈਂਦੀ ਆ, ਤੁਹਾਨੂੰ ਲੱਗਦਾ ਕਿ ਕੋਈ ਆ ਜਿਹੜਾ ਉਹ ਫਾਇਦਾ ਹੁੰਦਾ। 1-2 ਗੱਲਾਂ ਨੈਤਿਕ ਮੈਂ ਹੋਰ ਕਰੂੰਗਾ, ਪੰਜਾਬੀ ਪੰਜਾਬੀ ਦੀਆਂ ਲੱਤਾਂ ਖਿੱਚਣ ਤੋਂ ਹਟੇ, ਜੇ ਆਪਣੇ ਬੰਦੇ 'ਚ ਕਿਸੇ 'ਚ ਵੀ ਐਬ ਆ, ਭਾਵੇਂ ਉਹ ਮੈਂ ਆ, ਭਾਵੇਂ ਕੋਈ ਯੂਟਿਊਬਰ ਆ, ਉਹਨੂੰ ਭੰਡਣ ਦੀ ਬਜਾਏ ਆਪਾਂ ਆਪਣੇ ਬੰਦੇ 'ਤੇ ਗੱਲ 'ਤੇ ਪਰਦਾ ਪਾਈਏ, ਆਪਾਂ ਗੱਲ ਨੂੰ ਉਛਾਲਣ ਲੱਗ ਗਏ। ਪਹਿਲਾਂ ਕੋਈ ਘਰਾਂ 'ਚ ਮਾੜਾ ਬੰਦਾ ਹੁੰਦਾ ਸੀ, ਲੋਕ ਘਰ ਉਹਨੂੰ ਲੁਕਾਉਂਦਾ ਸੀ, ਨਾ 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 ਕੋਈ ਗੱਲ ਨਹੀਂ ਇਹ ਜੀ, ਸਾਡਾ ਬੰਦਾ ਤਾਂ ਬਹੁਤ ਠੀਕ ਹੈ, ਦਾਰੂ ਪੀਤੀ ਵਾਲੇ ਨੂੰ ਅੰਦਰ ਕੱਪੜਾ ਦੇ ਕੇ ਪਾਉਣ ਦਿੱਤੇ, ਹੁਣ ਆਪਾਂ ਗੱਲ ਨੂੰ ਉਛਾਲਦੇ ਹਾਂ। ਮੈਨੂੰ ਬੜਾ ਅਜੀਬ ਲੱਗਦਾ, ਮੇਰਾ ਤਾਂ ਆਪ 'ਤੇ ਨਹੀਂ ਕਿਸੇ ਦੀ ਗੱਲ ਕਰਨਾ, ਗੱਲਾਂ ਕਰਨਗੇ ਕੱਲ੍ਹ ਫਲਾਣਾ ਐਂ ਸੀ ਓਂ ਸੀ, ਇਹ ਆਪਾਂ ਆਪਣੇ ਪੰਜਾਬ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੇ ਲੋਕਾਂ ਨੂੰ ਦੀਆਂ ਗੱਲਾਂ 'ਤੇ ਵੀਰ ਬਣ ਕੇ ਪਰਦਾ ਪਾਈਏ, ਇਹਨਾਂ ਗੱਲਾਂ ਨੂੰ ਆਪਾਂ ਉਛਾਲੀਏ ਨਾ। ਜੇ ਆਪਾਂ ਉਛਾਲਾਂਗੇ ਆਪਣੀ ਵੀ ਬਦਨਾਮੀ ਹੋਊ, ਪਰਿਵਾਰ ਦੀ ਵੀ ਬਦਨਾਮੀ ਹੋਊ, ਸੂਬੇ ਦੀ ਵੀ ਬਦਨਾਮੀ ਹੋਊ, ਸਾਰੀਆਂ ਚੀਜ਼ਾਂ ਦੀ ਬਦਨਾਮੀ ਹੋਊਗੀ, ਠੀਕ ਹੈ। ਸੋ ਮੀਂਹ ਬਹੁਤ ਆ ਗਿਆ, ਮੀਂਹ ਦਿਖਾਉਣ ਨਾ, ਦੇਖੋ ਕਿਵੇਂ ਡਿੱਗਦਾ, ਬਲ 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 ਛੱਡ ਕੇ ਖੜਾ ਸੀ, ਠੀਕ ਆ। ਸਾਰੇ ਜਣੇ ਦੱਸਿਓ ਕਿੱਥੇ ਕਿੰਨਾ ਕਿੰਨਾ ਕੁ ਮੀਂਹ ਪੈ ਰਿਹਾ। ਅਤੇ ਇਹ ਸੀ ਅੱਜ ਦੀ ਬਾਈ ਜੀ ਵੀਡੀਓ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੈ, ਜਿੰਦਾਬਾਦ ਰਹਿਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ 'ਤੇ ਮਿਹਰ ਕਰੇ, ਥੈਂਕ ਯੂ ਬੋਲੇ।